नीरज जी थोड़ी गैस्ट्रिक बाईपास सर्जरी नु कितनी देर होगी? 3 महीने होए ही। अच्छा, दूरबीन नाल होया सी थोड़ा ऑपरेशन? हां जी हां जी। कोई तकलीफ तो नहीं हुई सी ऑपरेशन दी? थानू बिल्कुल भी नहीं। ऑपरेशन तो पहला कितना भार सी थोड़ा? मेरा 146। 146। अच्छा, हुन कितना हैगा? एट प्रेजेंट 120 है जी। ਮਤਲਬ 3 ਮਹੀਨੇ ਚ ਤੁਹਾਡਾ 126 ਕਿਲੋ 26 ਕਿਲੋ ਭਾਰ ਘਟ ਗਿਆ? ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਕੋਈ ਕਮਜ਼ੋਰੀ ਤਾਂ ਨਹੀਂ ਮਹਿਸੂਸ ਕਰ ਰਹੇ ਤੁਸੀਂ? ਬਿਲਕੁਲ ਵੀ ਨਹੀਂ ਜੀ। ਤੇ ਹੋਰ ਆਪਣਾ ਕੰਮ ਸਾਰਾ ਹਰ ਰੋਜ਼ ਜਿਹੜਾ ਕਰਦੇ ਹੋ? ਪਹਿਲਾਂ ਨਹੀਂ ਹੁੰਦਾ ਸੀ, ਹੁਣ ਕਾਫੀ ਵਧੀਆ ਕੰਮ ਹੋ ਜਾਂਦਾ। ਅੱਛਾ, ਕੋਈ ਗੇਮ ਵਗੈਰਾ ਵੀ ਖੇਡਦੇ ਹੋ? ਹਾਂਜੀ ਹਾਂਜੀ। ਕਿਹੜੀ ਗੇਮ ਖੇਡਦੇ ਹੋ? ਕ੍ਰਿਕਟ ਖੇਡ ਰਹੇ ਜੀ। ਅੱਛਾ, ਕ੍ਰਿਕਟ ਦੇ ਵਿੱਚ ਰਨਿੰਗ ਵਗੈਰਾ ਕਰ ਲੈਂਦੇ ਹੋ ਤੁਸੀਂ? ਹਾਂਜੀ, ਆਰਾਮ ਨਾਲ। ਕੋਈ ਸਾਹ ਤਾਂ ਨਹੀਂ ਚੜਦਾ? ਬਿਲਕੁਲ ਵੀ ਨਹੀਂ। ਪਹਿਲਾਂ ਕੋਈ ਸਾਹ ਚੜਦਾ ਸੀ? ਬਹੁਤ ਜ਼ਿਆਦਾ ਹੈ, ਪਹਿਲਾਂ ਤਾਂ ਚੱਲਿਆ ਵੀ ਨਹੀਂ ਜਾਂਦਾ ਸੀ। ਅੱਛਾ। ਤਾਂ ਤੁਸੀਂ ਕੀ ਸਮਝਦੇ ਹੋ ਵੀ ਇਹ ਆਪਰੇਸ਼ਨ ਕਿੰਨਾ ਕੁ ਮੁਸ਼ਕਿਲ ਆ, ਕਿੰਨਾ ਕੁ ਤੁਹਾਨੂੰ ਇਹਦੇ ਨਾਲ ਤੰਗੀ ਹੋਈ ਹੈ? ਬਿਲਕੁਲ ਵੀ ਮੁਸ਼ਕਿਲ ਨਹੀਂ, ਕੋਈ ਤੰਗੀ ਨਹੀਂ। ਅਤੇ ਇਹ ਸਮਝ ਲਓ ਮੋਟਾਪੇ ਦੀ ਜੜੀ ਖਤਮ ਕਰ ਦਿੰਦਾ ਆਪਰੇਸ਼ਨ ਹੀ। ਅੱਛਾ, ਹਾਂਜੀ। ਕੋਈ ਵੀਕਨੈਸ ਕੋਈ ਨਹੀਂ? ਨਹੀਂ, ਬਿਲਕੁਲ ਨਹੀਂ। ਕੈਲਸ਼ੀਅਮ ਵਿਟਾਮਿਨ ਵਗੈਰਾ ਤੁਸੀਂ ਆਪਣਾ ਖਾ ਰਹੇ ਹੋ? ਹਾਂਜੀ ਹਾਂਜੀ, ਰੂਟੀਨ ਚ ਲੈ ਰਹੇ।